ਕਿੰਦੇ ਇੱਕ ਵਾਰ ਇੱਕ ਨਗਰ ਚ ਇੱਕ ਸੇਠ ਸੀ ਸੇਠ ਦੇ ਨਾਂ ਦੋ ਪੁੱਤਰ ਸਨ ਕਿੰਦੇ ਦੋਵੇਂ ਪੁੱਤਰ ਬੜੇ ਜਾਦੇ ਸਿਆਣੇ ਸਨ ਪਰ ਸੇਠ ਵੱਡੇ ਪੁੱਤਰ ਨੂੰ ਜ਼ਿਆਦਾ ਤਵੱਜੋ ਦਿਆ ਕਰਦਾ ਸੀ ਕਿਉਂਕਿ ਉਹ ਪੜ੍ਹਨ ਲਿਖਣ ਚ ਵੀ ਹੁਸ਼ਿਆਰ ਸੀ ਤੇ ਸਕੂਲ ਤੋਂ ਬਾਅਦ ਸੇਠ ਦੇ ਨਾਲ ਦੁਕਾਨ ਤੇ ਵੀ ਜਾ ਕੇ ਬੈਠ ਜਾਇਆ ਕਰਦਾ ਸੀ ਛੋਟਾ ਪੁੱਤਰ ਕਿੰਦੇ ਸੰਤ ਭਿਰਤੀ ਵਾਲਾ ਸੀ ਉਹ ਲੋਕਾਂ ਦਾ ਭਲਾ ਲੋਚਦਾ ਸੀ ਹੁਣ ਸੇਠ ਆਪਣੇ ਘਰੋਂ ਕੋਈ ਦਮੜੀ ਜਦੋਂ ਖਰਚ ਹੁੰਦੀ ਤਾਂ ਰੋਲਾ ਪਾਉਂਦਾ ਉਹ ਕਿੰਦੇ ਵੱਡਾ ਤਾਂ ਘਰ ਨੂੰ ਲਿਆਉਂਦਾ ਕੁਝ ਨਾ ਕੁਝ ਇਹ ਕਰੋ ਕੁਝ ਨਾ ਕੁਝ ਬਾਹਰ ਕੱਢ ਦਿੰਦਾ ਅਕਸਰ ਇਹ ਕਹਿ ਕੇ ਤੇ ਉਸ ਦੇ ਅੱਗੇ ਉਹਨਾ ਕਿਲੇ ਸ਼ਿਕਵੇ ਕਰਿਆ ਕਰਨੇ ਹੌਲੀ ਹੌਲੀ ਸਮਾ ਲੰਘਣ ਲੱਗਾ ਵੱਡਾ ਪੁੱਤਰ ਪੜ੍ਹਾਈ 'ਚ ਵੀ ਤੇਜ ਤੇ ਨਾਲੇ ਘਰ ਦੇ ਕੰਮਕਾਰ ਵੀ ਤੇ ਸੇਟ ਦੇ ਨਾਲ ਦੁਕਾਨ ਤੇ ਵੀ ਬੈਠਿਆ ਕਰਦਾ ਛੋਟੇ ਨੂੰ ਮੰਦ ਬੁੱਧੀ ਕਿਆ ਕਰਨਾ ਉਹ ਸੰਤ ਬਿਰਤੀ ਵਾਲਾ ਸੀ ਪਿੰਡ 'ਚ ਕਿਸੇ ਨੂੰ ਕੋਈ ਲੋੜ ਹੁੰਦੀ ਉਹ ਆਪਣੇ ਪੱਲਿਓਂ ਹੀ ਉਸਦੀ ਮਦਦ ਕਰ ਆਇਆ ਕਰਦਾ ਜੇ ਕਿਸੇ ਨੂੰ ਕੰਮਕਾਰ 'ਚ ਜ਼ਰੂਰਤ ਹੁੰਦੀ ਤੇ ਉਹ ਮਦਦ ਕਰ ਤੇ ਆ ਕਰਦਾ ਇੱਥੋਂ ਤੱਕ ਕਿ ਕੀੜੀ ਤੱਕ ਨੂੰ ਮਿਨੀ ਸੀ ਮਾਰਦਾ ਉਹਨੂੰ ਵੀ ਮੁੱਠ ਆਟੇ ਦੀ ਪਾ ਦਿਆ ਕਰਦਾ ਸੀ ਸੇਠ ਨੇ ਕਿਹਾ ਕਰਨਾ ਵੀ ਪਰਮਾਤਮਾ ਨੇ ਤੇ ਮੈਨੂੰ ਮੰਦ ਬੁੱਧੀ ਦੇ ਦਿੱਤਾ ਉਹਨੇ ਐਵੇਂ ਕਹਿ ਕੇ ਤੇ ਉਸਨੂੰ ਚੜਾਇਆ ਕਰਨਾ ਕਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗ ਦੋਨੋਂ ਜਣੇ ਵੱਡੇ ਹੋ ਗਏ ਵੱਡੇ ਪੁੱਤਰ ਨੇ ਸੇਠ ਦੇ ਨਾਲ ਦੁਕਾਨ ਤੇ ਜਾਇਆ ਕਰਨਾ ਤੇ ਸੇਠ ਦੇ ਨਾਲ ਸਾਰੇ ਕੰਮਕਾਰ ਕਰਾਇਆ ਕਰਨੇ ਪਰ ਜਿਹੜਾ ਉਹਦਾ ਛੋਟਾ ਪੁੱਤਰ ਸੀ ਉਹਨੇ ਹਮੇਸ਼ਾ ਪਰਮਾਤਮਾ ਦਾ ਨਾਮ ਲਿਆ ਕਰਨਾ ਜਿੰਨਾ ਕੰਮ ਉਸ ਤੋਂ ਹੋਇਆ ਕਰਨਾ ਤੇ ਜੋ ਉਸ ਤੋਂ ਵਧਿਆ ਕਰਨਾ ਉਹਨੇ ਕਿਸੇ ਨਾ ਕਿਸੇ ਦੀ ਮਦਦ ਕਰਦਿਆ ਕਰਨੇ ਸੇਠ ਬੜਾ ਦੁਖੀ ਆ ਗਿਆ ਸੇਠ ਹੁਣ ਨਾਲ ਦੁਕਾਨ ਤੇ ਲੈ ਕੇ ਜਾਣ ਲੱਗਾ ਸੇਠ ਨੂੰ ਕੰਮ ਸਮਝਾ ਦਿੱਤਾ ਹੁਣ ਉਹ ਜੋ ਰੋਜ਼ ਦਾ ਮੁਨਾਫਾ ਹੁੰਦਾ ਉਹ ਚੁੱਕੋ ਜਿਵੇਂ ਪੈਸੇ ਲੈ ਕੇ ਤੇ ਲੋਕਾਂ ਦੀ ਮਦਦ ਕਰ ਦਿਆ ਕਰਦਾ ਸੇਠ ਨਾਲ ਕੁਝ ਸਮਾਂ ਤੇ ਵੰਦਾਰਿਆ 2-4 ਮਹੀਨੇ ਉਹਨੇ ਇੰਤਜ਼ਾਰ ਕੀਤਾ ਵੀ ਸੁਧਰ ਜਾਏਗਾ ਜਦੋਂ ਨਾ ਸੁਧਰਿਆ ਤਾਂ ਸੇਠ ਨੇ ਕਿਹਾ ਵੀ ਚੱਲ ਮੈਂ ਤੈਨੂੰ ਤੇਰਾ ਕਾਰੋਬਾਰ ਸ਼ੁਰੂ ਕਰਕੇ ਦੇਣਾ ਤੂੰ ਉਹ ਕਾਰੋਬਾਰ ਕਰੀ ਸੇਠ ਨੇ ਨਾ ਉਹਦੀ ਮਾਂ ਨੂੰ 300 ਰੁਪਿਆ ਦੇ ਕੇ ਤੇ क्‍या ਇਹਨੂੰ ਕੋਈ ਕਾਰੋਬਾਰ ਇਹਦਾ ਸ਼ੁਰੂ ਕਰ ਦੇ ਸ਼ਾਇਦ ਇਹਦਾ ਵਕ ਹੋਏਗਾ ਇਹਨੂੰ ਪਤਾ ਹੋਵੇਗਾ ਪੈਸਾ ਕਿਵੇਂ ਕਮਾਈਦਾ ਤੇ ਕਿਵੇਂ ਸਾਮ ਕੇ ਰੱਖਣਾ ਕਿੰਦੇ ਮਾਂ ਨੇ ਨਾ 100 ਰੁਪਿਆ ਦੇ ਕੇ ਤੇ ਭੇਜ ਦਿੱਤਾ ਜਦੋਂ ਮਾਂ ਨੇ ਭੇਜਿਆ ਨਾ ਤਾਂ ਕਹਿੰਦੀ ਪੁੱਤ ਕੋਈ ਚੰਗਾ ਜਿਹਾ ਵਪਾਰ ਕਰਕੇ ਆਈਂ ਕਹਿੰਦਾ ਠੀਕ ਹੈ ਮਾਂ ਉਹ ਜਾਂਦਾ ਬਾਜ਼ਾਰ ਦੇ ਵਿੱਚੋਂ ਨਾ ਇੱਕ ਬਿੱਲੀ ਖਰੀਦ ਕੇ ਤੇ ਲੈ ਆਉਂਦਾ ਸ਼ਾਮ ਹੋਈ ਤੇ ਮਾਂ ਨੇ ਕਿਹਾ ਪੁੱਤ ਕੀ ਵਪਾਰ ਕਰਕੇ ਆਇਆ ਆ ਕੇ ਕਹਿੰਦਾ ਮਾਂ ਮੈਂ ਤੇ ਆ ਬਿੱਲੀ ਲੈ ਕੇ ਆਇਆ ਮਾਂ ਮਾਂ ਬੜੀ ਜਿਆਦੀ ਹਤਾਸ਼ ਹੁੰਦੀ ਐ ਵੀ ਤੂੰ ਸੋਹ ਦੀ ਬਿੱਲੀ ਉਹ ਹੀ ਖਰੀਦ ਲਿਆ। ਕਿਦਾਂ ਮਾਂ ਪਿੰਜਰੇ ਚ ਨੂੰ ਕੋਈ ਪਾ ਕੇ ਬੈਠਾ ਸੀ ਤੇ ਵਿਚਾਰੀ ਨੂੰ ਉਹਨੇ ਤਾੜਨਾ ਸੀ ਤਾਂ ਕਰਕੇ ਮੈਂ ਇਹ ਲੈ ਕੇ ਤੇ ਆ ਗਿਆ ਵਾਂ। ਉਹਦੀ ਮਾਂ ਕਹਿੰਦੀ ਚੱਲ ਹੁਣ ਇਹਨੂੰ ਛੱਡ ਦੇ। ਉਹਨੇ ਉਹਨੂੰ ਖੋਲਿਆ। ਹੁਣ ਉਹ ਬਿੱਲੀ ਨੇ ਕਿਹਾ ਵੀ ਜਦੋਂ ਕਦੀ ਤੈਨੂੰ ਜ਼ਰੂਰਤ ਹੋਏਗੀ ਤੇ ਮੈਂ ਤੇਰਾ ਸਾਥ ਦਵਾਂਗੀ। ਇੰਨਾ ਕਹਿ ਕੇ ਤੇ ਉਹ ਚਲੇ ਗਏ। ਕਹਿੰਦੇ ਅਗਲੇ ਦਿਨ ਮਾਂ ਨੇ ਫੇਰ ਭੇਜਿਆ। ਕਹਿੰਦੇ ਅੱਜ ਜਦੋਂ ਗਿਆ ਤੇ ਇੱਕ ਛੋਟੇ ਜਿਹੇ ਚੂਹੇ ਨੂੰ ਪਿੰਜਰੇ ਚ ਬੰਦ ਕਰਕੇ ਬੈਠੇ। ਉਦੇ ਕੋਲ ਜਾ ਕੇ ਨੂੰ ਦਇਆ ਆ ਗਈ ਕਹਿੰਦੇ ਇਹ ਕਿੰਨੇ ਦਾ ਉਹਨੇ ਕਿਹਾ ਜੀ 100 ਰੁਪਏ ਦਾ ਉਹਨੇ 100 ਰੁਪਏ ਉਹਨੂੰ ਦਿੱਤਾ ਤੇ ਉਹ ਚੂਹਾ ਵੀ ਖਰੀਦ ਕੇ ਤੇ ਲੈ ਆਇਆ ਮਾਂ ਕਹਿੰਦੀ ਵੀ ਅੱਜ ਕੀ ਵਪਾਰ ਕਰਕੇ ਆਏ ਉਹਨੇ ਕਿਹਾ ਚੂਹਾ ਉਹ ਬੜੀ ਦੁਖੀ ਤੇ ਹਾਤਾਸ਼ ਹੋਈ ਪਰ ਕਹਿੰਦੀ ਜਾ ਜਿੱਥੇ ਆਪਣੇ ਗੋਦਾਮ ਨੇ ਉਥੇ ਛਾੜਿਆ ਆਪੇ ਖਾਂਦਾ ਪੀਂਦਾ ਰਹੇਗਾ ਇੰਨਾ ਕਹਿ ਕੇ ਤੇ ਮਾਂ ਜਿਹੜੀ ਸੀ ਘਰ ਵਾਪਸ ਆ ਗਈ ਕਹਿੰਦੇ ਹੁਣ ਅਗਲੇ ਦਿਨ ਮਾਂ ਨੇ ਕਿਹਾ ਵੀ ਅੰਤਿਮ ਪੈਸੇ ਨੇ ਕੋਈ ਚੰਗਾ ਵਪਾਰ ਕਰਕੇ ਤੇ ਆ ਜਾਈਂ ਹੁਣ ਜਾਂਦਾ ਤੇ ਉਥੇ ਨਾ ਇੱਕ ਮਨੁੱਖ ਬੈਠਾ ਹੁੰਦਾ ਜੋ ਪਟਾਰੀ ਚ ਸੱਪ ਪਾ ਕੇ ਬੈਠਾ ਹੁੰਦਾ ਹੁਣ ਉਹਨੂੰ ਦਾਗਦਾ ਵੀ ਵਿਚਾਰੇ ਨੂੰ ਐਵੇਂ ਇਹਦੇ ਮੂੰਹ ਨੂੰ ਫੜ ਫੜ ਕੁਝ ਕਰੀ ਜਾਂਦੇ ਨੇ ਉਹਨੂੰ ਤਰਸ ਆ ਜਾਂਦਾ ਉਹਦੇ ਕੋਲ ਸੱਪ ਫੜ ਤੇ ਉਹਨੂੰ ਕਹਿੰਦਾ ਵੀ ਕਿੰਨੇ ਦਾ ਉਹ ਕਹਿੰਦਾ 100 ਰੁਪਏ ਦਾ ਕਹਿੰਦਾ ਕੋਈ ਘੱਟ ਵਾਧ ਨਹੀਂ ਹੋ ਸਕਦਾ ਉਹਨੇ ਕਿਹਾ ਨਾ ਭਰਾਵਾ ਪੂਰੇ ਸੌਦੇ ਉਹਨੇ ਕਿਹਾ ਠੀਕ ਹੈ ਐਵੇਂ ਨੂੰ ਦੇ ਦੇ ਹੁਣ ਉਹ ਪਟਾਰੀ ਘਰ ਲੈ ਕੇ ਤੇ ਜਾਂਦਿਆ ਹੁੰਦਾ ਜਦੋਂ ਪਟਾਰੀ ਘਰ ਲੈ ਕੇ ਗਿਆ ਤੇ ਮਾਂ ਕਹਿੰਦੀ ਵੀ ਅੱਜ ਤੇ ਲੱਗਦਾ ਕੁਝ ਚੰਗੀ ਚੀਜ਼ ਲੈ ਕੇ ਆਇਆ ਜਾ ਕੇ ਮਾਂ ਨੂੰ ਫੜਾਤੀ ਮਾਂ ਕਹਿੰਦੀ ਇਹ ਕੀ ਲੈ ਕੇ ਆਇਆ ਉਹਨੇ ਜਦੋਂ ਖੋਲਿਆ ਤੇ ਮਾਂ ਤੇ ਉਥੇ ਗਾਸ਼ ਖਾ ਕੇ ਦੇਖੀ ਕਹਿੰਦੇ ਵੀ ਉਹ ਚੀਜ਼ਾਂ ਦੇ ਫਿਰ ਵੀ ਠੀਕ ਸ ਆ ਤੂੰ ਕੀ ਚੁੱਕ ਲਿਆ ਇੱਥੇ ਵੈਰੀ ਹੁੰਦਾ ਜਿਵੇਂ ਲੈ ਕੇ ਆਇਆ ਵਾਪਸ ਕਰ ਉਹਨੇ ਫੜ ਕੇ ਪਟਾਰੀ ਚ ਪਾਇਆ ਕਹਿੰਦੇ ਹੁਣ ਨਾ ਉਹਦਾ ਪਿਓ ਜਦੋਂ ਆਇਆ ਕਹਿੰਦਾ ਵੀ 300 ਰੁਪਿਆ ਦਿੱਤਾ ਸੀ ਕੀ ਵਪਾਰ ਕਰਕੇ ਲਿਆਇਆ ਮਾਣੇ ਨਾਸ ਗੁੱਸੇ ਮਾਰੀ ਨੇ ਸਾਰਾ ਕੁਝ ਦੱਸ ਦਿੱਤਾ ਪਿਓ ਨੇ ਕਿਹਾ ਵੀ ਮੇਰਾ ਘਰੋਂ ਤੂੰ ਹੁਣੇ ਨਿਕਲ ਜਾ ਵਿਚਾਰਾ ਉੱਥੋਂ ਚਲਾ ਜਾਂਦਾ ਹੁਣ ਜਾਂਦਾ ਜਾਂਦਾ ਨਾ ਰਸਤੇ ਦੇ ਵਿੱਚ ਸੋਚਦਾ ਵੀ ਸੱਪ ਨੂੰ ਨਾ ਅੱਗੇ ਜੰਗਲ 'ਚ ਛੱਡ ਦਾਂਗਾ ਕਿੰਦੇ ਜਦੋਂ ਛੱਡਣ ਲੱਗਦਾ ਹੈ ਨਾ ਤੇ ਉਹ ਸੱਪ ਬੋਲ ਪੈਂਦਾ ਕਿੰਦੇ ਪਹਿਲਾਂ ਜਿੰਨੇ ਵੀ ਇਹ ਜਾਨਵਰ ਸਨ ਇਹ ਪਾਕਿਆ ਦੇ ਆਕਾਰ ਦੇ ਸਨ ਉਹ ਕਹਿੰਦਾ ਭਰਾਵਾ ਵੀ ਇੱਥੇ ਨਾ ਛੱਡ ਅੱਗੇ ਥੋੜੀ ਜਾ ਕੇ ਤੂੰ ਮੈਨੂੰ ਛੱਡਦੀ ਮੈਂ ਬਜ਼ੁਰਗ ਹੋ ਗਿਆ ਵਾਂ ਤੇ ਮੇਰੇ ਤੋਂ ਤੁਰਿਆ ਜਾਣਾ ਨਹੀਂ ਐਵੇਂ ਕੋਈ ਕਾਂ ਚੜੀ ਮੈਨੂੰ ਆਪਣਾ ਨਿਸ਼ਾਨਾ ਬਣਾਵੇਗਾ ਤੇ ਤੂੰ ਮੈਨੂੰ ਮੇਰੀ ਥਾਂ ਤੇ ਹੀ ਛੱਡ ਕੇ ਤੇ ਆ ਜੀ ਉਹਨੇ ਕਿਹਾ ਠੀਕ ਹੈ ਹੁਣ ਤੁਰਦੇ ਤੁਰਦੇ ਉਹਨੂੰ ਅਗਾ ਲੈ ਕੇ ਤੇ ਚਲੇ ਜਾਂਦੇ ਨੇ ਹੁਣ ਜਦੋਂ ਉਹਨੂੰ ਉੱਥੇ ਛੱਡਣ ਲੱਗਦਾ ਨਾ ਉਹ ਕਹਿੰਦਾ ਰੁਕ ਮੈਂ ਤੇਨੂੰ ਇੱਕ ਗੱਲ ਦੱਸਦਾ ਉਸਤੇ ਅਮਲ ਕਰੀ ਮੈਨੂੰ ਜਾਣਦਾ ਕਿ ਤੂੰ ਸੰਤ ਬਿਰਤੀ ਵਾਲ ਹੈ ਹਰ ਇੱਕ ਦੀ ਮਦਦ ਕਰਦਾ ਹੈ ਪਰ ਜੋ ਮੈਂ ਦੱਸਣ ਲੱਗਾ ਉਹਨੂੰ ਧਿਆਨ ਨਾਲ ਸੁਣੀ ਉਹਨੇ ਕਿਹਾ ਠੀਕ ਹੈ ਹੁਣ ਨਾ ਉਹ ਜਦੋਂ ਉਹ ਛੱਡਦਾ ਤੇ ਉਹ ਕਹਿੰਦਾ ਵੀ ਤੂੰ ਮੇਰੇ ਨਾ ਪੂੰਛ ਕੱਟ ਕੇ ਫੜ ਲੈ ਜਿੱਥੇ ਮੈਂ ਜਾਵਾਂਗਾ ਤੂੰ ਵੀ ਚਲਾ ਜਾਈ ਕਹਿੰਦੇ ਹੁਣ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਖਰੀਦਿਆ ਜਦੋਂ ਤੈਨੂੰ ਕੋਈ ਕਹੇ ਨਾ ਵੀ ਇਹਦੇ ਬਦਲੇ ਤੈਨੂੰ ਕੀ ਚਾਹੀਦਾ ਕਹਿੰਦੇ ਜੋ ਮਰਜ਼ੀ ਤੈਨੂੰ ਵਚਨ ਦੇਣ ਪਰ ਤੂੰ ਨਾ ਉਹਦੇ ਸਿਰ ਦੇ ਉੱਤੇ ਇੱਕ ਨਾ ਮੋਤੀ ਚਮਕਦਾ ਹੋਵੇਗਾ ਤੂੰ ਕਹਿਣਾ ਬਸ ਮੈਨੂੰ ਉਹ ਹੀ ਚਾਹੀਦਾ ਉਹਨੇ ਕਿਹਾ ਠੀਕ ਹੈ ਹੁਣ ਸੱਪ ਦੀ ਪੂੰਛ ਫੜ ਤੇ ਉਹ ਉੱਥੇ ਪਹੁੰਚ ਗਿਆ। ਹੁਣ ਪਹੁੰਚ ਤੇ ਸਾਰ ਇੱਕ ਬੜਾ ਸੋਹਣਾ ਦਰਬਾਰ ਲੱਗਾ ਸੀ। ਹੁਣ ਉੱਥੇ ਇੱਕ ਬੜਾ ਵੱਡਾ ਜਿਹੜਾ ਨਾਗ ਬੈਠਾ ਮਨੋਖਾ ਬੈਠਾ ਸੀ ਉਹ ਕਹਿੰਦਾ ਵੀ ਬੜੇ ਸਮੇ ਬਾਅਦ ਆਇਆ। ਕੀ ਗੱਲ ਹੋ ਗਈ? ਉਹਨੇ ਕਿਆ ਵੀ ਕੀ ਹੋਣਾ ਸੀ? ਵੀ ਮੈਨੂੰ ਤਾਂ ਐਵੇਂ ਸਪੇਰੀਆਂ ਨੇ ਫੜ ਲਿਆ ਸੀ ਤੇ ਇਸ ਨੇਕ ਮਨੋਖ ਨੇ ਬਚਾਇਆ ਤੇ ਤਾਂ ਇੱਥੇ ਆਇਆ ਵਾ। ਉਹ ਕਹਿੰਦਾ ਅੱਛਾ ਵੀ ਚੱਲ ਇੰਨੇ ਤੇਰੀ ਜਾਨ ਬਚਾਈਏ। ਉਹਨੂੰ ਕਹਿੰਦੇ ਵੀ ਮੰਗ ਤੂੰ ਕੀ ਮੰਗਣਾ ਚਾਹੁੰਨਾ? ਉਹਨੇ ਇੱਕ ਵਾਰ ਕਿਹਾ ਉਨੇ ਅਗੋ ਕਿਹਾ ਵੀ ਕੁਝ ਨਹੀਂ ਚਾਹੀਦਾ ਉਹਨੇ ਦੋ ਵਾਰ ਕਿਹਾ ਉਹਨੇ ਕਿਹਾ ਜੀ ਕੁਝ ਨਹੀਂ ਚਾਹੀਦਾ ਜਦੋਂ ਤੀਜੀ ਵਾਰ ਕਿਹਾ ਵੀ ਨਹੀਂ ਵੀ ਤੂੰ ਦੀ ਜਾਨ ਬਚਾਈਏ ਤੇ 10 ਵੀ ਤੈਨੂੰ ਕੀ ਚਾਹੀਦਾ ਕਹਿੰਦਾ ਜੋ ਮੰਗਾਗਾ ਉਹ ਵਾਦਾ ਕਰੋ ਵੀ ਦਬੋਗੇ ਉਹਨੇ ਕਿਹਾ ਵੀ ਜ਼ਰੂਰ ਜ਼ਰੂਰ ਦਵਾਂਗੇ ਹੁਣ ਜਦੋਂ ਉਹਨੇ ਐਵੇਂ ਕਿਹਾ ਨਾ ਤਾਂ ਉਹ ਕਹਿੰਦਾ ਵੀ ਠੀਕ ਹੈ ਫਿਰ ਨਾ ਜਿਹੜੇ ਤੁਹਾਡੇ ਮੱਥੇ ਤੇ ਆ ਮਣੀ ਲੱਗੀ ਹੈ ਨਾ ਮੋਤੀ ਲੱਗਿਆ ਇਹ ਮੈਨੂੰ ਦੇ ਦਿਓ ਉਹ ਕਹਿੰਦੇ ਭਰਾਵਾ ਵੀ ਤੂੰ ਇਹ ਕੀ ਚੀਜ਼ ਮੰਗ ਲਈ ਮੰਗਣਾ ਤਾਂ ਕੁਝ ਹੋਰ ਮੰਗ ਉਨੇ ਕਹਿਆ ਜੀ ਨਹੀਂ ਦੇਣੀ ਤੇ ਆ ਤੂੰ ਨਹੀਂ ਤੇ ਰਹਿਣ ਦੋ ਹੁਣ ਉਹਨੇ ਉਹਨੂੰ ਦੇ ਦਿੱਤੀ ਹੁਣ ਜਦੋਂ ਬਾਹਰ ਜਾਣ ਲੱਗਾ ਤੇ ਉਸੇ ਸਾਪ ਨੂੰ ਕੋਲ ਬੁਲਾ ਕੇ ਕਹਿੰਦਾ ਵੀ ਭਰਾਵਾ ਇਹ ਲੈ ਤੇ ਲਈਏ ਇਹਦਾ ਕਰਨਾ ਕੀ ਕਹਿੰਦਾ ਕਰਨਾ ਕੁਝ ਨਹੀਂ ਜਿਹੜੀ ਚੀਜ਼ ਤੇਨੂੰ ਜ਼ਰੂਰ ਤੇ ਥੋੜੀ ਜੀ ਥਾਂ ਲੀਪੀ ਉਸ ਤੇ ਇਹਨੂੰ ਰੱਖੀ ਕੋਲ ਤੂੰ ਇਹਦੇ ਜੋਤ ਜਗਾਈ ਦੀਵਾ ਜਗਾਈ ਉਸ ਪਰਮਾਤਮਾ ਅਕਾਲ ਪੁਰਖ ਨੂੰ ਧਿਆਈ ਜੋ ਵੀ ਮੰਗੇ ਨਾ ਉਹ ਸਰਬੱਤ ਦੇ ਭਲੇ ਲਈ ਮੰਗੇ ਤੇ ਤੇਰੇ ਆਪੇ ਜਿਹੜੇ ਸਾਰੇ ਨਾ ਦੁੱਖ ਨੇ ਸੁੱਖ ਨੇ ਵੀ ਦੁੱਖ ਦੂਰ ਹੋ ਜਾਣਗੇ ਤੇ ਸੁੱਖ ਤੇਰੇ ਕੋਲ ਆ ਜਾਣਗੇ ਉਹਨੇ ਕਿਹਾ ਠੀਕ ਹੈ ਹੁਣ ਨਾ ਉਥੋਂ ਚਲਾ ਜਾਂਦਾ ਹੁਣ ਥੋੜੀ ਦੂਰ ਤੇ ਗਿਆ ਤੇ ਸੰਤ ਫਕੀਰ ਉੱਥੇ ਬੈਠ ਕੇ ਨਾਮ ਜਪਦੇ ਪਏ ਸ ਉਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਜੀ ਜੇ ਤੁਹਾਨੂੰ ਕੋਈ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤੇ ਮੈਂ ਇੱਥੇ ਤੁਹਾਡੇ ਕੋਲ ਰਾਤ ਰਹਿ ਸਕਦਾ ਉਹਨਾਂ ਕਹੇ ਜੀ ਜ਼ਰੂਰ ਹੁਣ ਸੰਤ ਫਕੀਰ ਤੇ ਕਰਨੀ ਵਾਲੇ ਹੁੰਦੇ ਨੇ ਸਾਰਾ ਕੁਝ ਜਾਣਦੇ ਨੇ ਉਹਨਾਂ ਕਿਹਾ ਜੀ ਠੀਕ ਹੈ ਤੁਸੀਂ ਇੱਥੇ ਰਹਿ ਸਕਦੇ ਹੋ ਹੁਣ ਉਹਨਾਂ ਦੇ ਕੋਲ ਬੈਠ ਕੇ ਨਾਮ ਜਪਣ ਲੱਗਾ ਫਿਰ ਉਹਨੇ ਥੋੜੀ ਜੀ ਥਾਂ ਲਿੱਪੀ ਉੱਥੋਂ ਕਿੜਾ ਘਿਓ ਲੈ ਕੇ ਆਟਾ ਲੈ ਕੇ ਉਹਨੇ ਉੱਤੇ ਦੀਵਾ ਬਾਲਿਆ ਜੋ ਜਗਾਈ ਉਹ ਮਣੀ ਰੱਖ ਕੇ ਤੇ ਆਖਣ ਲੱਗਾ ਵੀ ਪ੍ਰਮਾਤਮਾ ਐਨਾ ਕੁ ਦੇ ਦੇ ਵੀ ਮੇਰੇ ਘਰ ਤੇ ਜੋ ਵੀ ਆਵੇ ਉਹ ਖਾਲੀ ਨਾ ਜਾਵੇ ਤੇ ਮੈਂ ਸਭ ਦਾ ਟਿੱਡ ਭਰ ਸਕਾਂ ਐਨੀ ਕਹਿਣ ਦੀ ਧੀਰ ਸੀ ਕਹਿੰਦੇ ਵੀ ਉੱਥੇ ਨਾ ਐਨੇ ਸੋਨਾ ਚਾਂਦੀ ਹੋਗੇ ਵੀ ਜੋ ਆਪਾਂ ਦੇਖਦੇ ਕਿ ਵੀ ਕਹਿੰਦੇ ਵੀ ਆਸੇ ਪਾਸੇ ਨਿਗਾ ਮਾਰੀ ਸੋਨਾ ਹੀ ਸੋਨਾ ਸੀ ਕਿੰਦੇ ਉੱਥੇ ਨਾਲੇ-ਸੱਪੇ ਬੜੀਆਂ ਸਾਰੀਆਂ ਖੱਜਣਾ ਸਨ ਕਿੰਦੇ ਉਹਨੇ ਉੱਥੇ ਸੰਤ ਫਕੀਰ ਤੋਂ ਹੀ ਕਿੰਦੇ ਕੋਈ ਥੈਲੇ ਬੋਰੀਆਂ ਜੋ ਸਨ ਉਹ ਲੈਆਂ ਉਹਨਾਂ ਚ ਭਰ ਕੇ ਤੇ ਘਰ ਨੂੰ ਤੁਰਨਾ ਆਰੰਭ ਕੀਤਾ ਰਾਤ ਨੂੰ ਤੁਰਦੇ-ਤੁਰਦੇ ਕਿੰਦੇ ਵੀ ਉਹਨੂੰ ਸਵੇਰ ਹੋ ਗਈ ਕਿੰਦੇ ਹੁਣ ਜਿਹੜੀ ਮਾਂ ਹੁੰਦੀ ਹੈ ਨਾ ਉਹ ਆਪਣੀ ਔਲਾਦ ਦੀ ਹਮੇਸ਼ਾ ਫਿਕਰ ਕਰਦੀ ਕਿੰਦੇ ਉਹ ਬੂਏ ਦੇਖੜ ਕੇ ਹਜੇ ਵੀ ਦੇਖਦੀ ਪਈ ਸੀ ਵੀ ਹੁਣ ਪੁੱਤ ਆਏਗਾ ਹੁਣ ਪੁੱਤ ਆਏਗਾ ਕਿੰਦੇ ਐਨੇ ਨੂੰ ਕੀ ਹੋਇਆ ਵੀ ਜਦੋਂ ਘਰ ਗਿਆ ਤੇ ਘਰ ਜਾ ਕੇ ਕਿਹਾ ਮਾਂ ਵੀ ਮੈਂ ਕੁਝ ਲੈ ਕੇ ਆਇਆ ਵਾ ਮਾਂ ਨੂੰ ਐਸੀ ਫੇਰ ਉਵੇਂ ਦੀ ਚੀਜ਼ਾਂ ਲੈ ਕੇ ਆਇਆ ਹੋਵੇਗਾ ਉਹਨੇ ਨਾ ਸੰਗ ਦੀ ਸੰਗਦੀ ਨੇ ਵੀ ਡਰਦੀ ਡਰਦੀ ਨੇ ਪੁੱਛਿਆ ਵੀ ਕੀ ਲੈ ਕੇ ਆਇਆ ਵੇ ਉਹਨੇ ਜਦੋਂ ਦੱਸਿਆ ਤੇ ਮਾਂ ਵੇਖ ਕੇ ਹੈਰਾਨ ਹੋ ਗਈ ਉਹ ਪੱਜੀ ਪੱਜੀ ਗਈ ਤੇ ਆਪਣੇ ਭਾਵ ਉਹ ਸੇਠ ਨੂੰ ਤੇ ਆਪਣੇ ਪੁੱਤਰ ਨੂੰ ਲੈ ਕੇ ਆਏ ਕਹਿੰਦੇ ਤੁਸੀਂ ਹਮੇਸ਼ਾ ਇਹਨੂੰ ਮੰਦਪੁੱద్ధి ਕਹਿੰਦੇ ਸੀ ਪਰ ਇਹਦੇ ਕੋਲ ਵੇਖੋ ਕਿੰਨਾ ਸੋਨਾ ਤੇ ਖਜ਼ਾਨਾ ਲੈ ਕੇ ਆਇਆ ਸਾਰੇ ਜਣੇ ਬੜੇ ਖੁਸ਼ ਹੋਏ ਅਗਲਾ ਦਿਨ ਹੋਇਆ ਤੇ ਕਹਿੰਦੇ ਪਿਤਾ ਜੀ ਐਵੇਂ ਕਰੋ ਤੁਸੀਂ ਰਾਜੇ ਦੇ ਕੋਲ ਜਾਓ ਤੇ ਰਾਜੇ ਨੂੰ ਕਿਉਂ ਵੀ ਤੁਹਾਡੀ ਧੀ ਦਾ ਜਿਹੜਾ ਵੀ ਮੈਂ ਮੈਂ ਆਪਣੇ ਪੁੱਤਰ ਦਾ ਵਿਆਹ ਕਰਨਾ ਚਾਹਣਾ। ਕਹਿੰਦਾ ਤੂੰ ਪਾਗਲ ਨਹੀਂ ਵੀ ਐਵੇਂ ਕਿਵੇਂ ਕਹਿ ਸਕਦੇ। ਕਹਿੰਦੇ ਨਹੀਂ ਤੁਸੀਂ ਜਾਓ ਤੇ ਜੇ ਤੁਸੀਂ ਜਾ ਕੇ ਐਵੇਂ ਕਹਿੰਦੇ ਹੋ ਤਾਂ ਦੇਖਿਓ ਫਿਰ ਉਹ ਰਾਜੇ ਦੇ ਨਾਲ ਜਿਹੜਾ ਅੱਧਾ ਰਾਜਪਾਟ ਆਪਣਾ ਹੋ ਜੀਗਾ। ਹੁਣ ਸੇਠ ਲਾਲਚੀ ਸੀ। ਸੇਠ ਚਲਾ ਗਿਆ। ਜਦੋਂ ਸੇਠ ਉੱਥੇ ਗਿਆ ਨਾ ਤਾਂ ਇਹ ਗੱਲ ਕਹੀ ਰਾਜੇ ਨੇ ਉਹਨੇ ਬੜੀ ਕੁੱਟ ਮਾਰ ਕੀਤੀ। ਸੀਠ ਵਿਚਾਰਾ ਦੁਖੀ ਹੋ ਕੇ ਤੇ ਕਿੰਨੇ ਸਾਰੇ ਜ਼ਖਮਾਂ ਦੇ ਨਾਲ ਘਰ ਆਇਆ ਸੀਠ ਹਾਈ ਹਾਈ ਕਰੇ ਉਹਨੇ ਓਮੀਥਾਨ ਲਿਪੀ ਨਾਮ ਲਿਆ ਪਰਮਾਤਮਾ ਦਾ ਤੇ ਉਹਦੇ ਸਾਰੇ ਜ਼ਖਮ ਜਿਹੜੇ ਸਨ ਉਹ ਪਾਰ ਕੇ ਕਿੰਦੇ ਸੀਠ ਨੇ ਕਿਹਾ ਵੀ ਦੁਬਾਰਾ ਭੇਜਿਆ ਵੀ ਮੇਰੇ ਪੁੱਤਰ ਨੇ ਕਿਹਾ ਵੀ ਜੇ ਤੇ ਤੂੰ ਮੇਰੇ ਨਾਲ ਆਪਣੀ ਧੀ ਦਾ ਵਿਆਹ ਨਹੀਂ ਕਰਦਾ ਨਾ ਤਾਂ ਫਿਰ ਦੇਖ ਵੀ ਤੇਰੇ ਤੇ ਜਿਹੜਾ ਅੰਤਰੇ ਰਾਜ ਤੇ ਜਿਹੜਾ ਹਮਲਾ ਹੋਏਗਾ ਨਾ ਤੇ ਤੇਰਾ ਰਾਜ ਵੀ ਤੇਰੇ ਤੋਂ ਖੁੱਸੇਗਾ ਹੁਣ ਨਾ ਖੋਲੀ-ਖੋਲੀ ਰਾਜੇ ਨੂੰ ਕਿਤੇ ਸੂਨ ਲੱਗ ਗਈ ਸੀ ਵੀ ਉਹਦੇ ਕੋਲ ਕੋਈ ਤਾਕਤ ਹੈ ਕਿੰਨੇ ਰਾਜੇ ਦੇ ਮੰਤਰੀ ਨੇ ਕਿਹਾ ਵੀ ਐਵੇਂ ਕਰੋ ਕੋਈ ਸ਼ਰਤ ਰੱਖੋ ਜਿਹੜੀ ਪੂਰੀ ਨਾ ਕਰ ਸਕੇ ਤੇ ਫਿਰ ਆਪੇ ਹੀ ਜਿਹੜਾ ਉਹ ਤੁਹਾਡੀ ਧੀ ਦਾ ਜਿਹੜਾ ਖਿਹੜਾ ਉਹ ਵੀ ਛੱਡ ਦੇਗਾ ਤੇ ਤੁਹਾਡੀ ਨੱਕ ਵੀ ਰਹਿ ਜੇ ਰਾਜੇ ਨੇ ਠੀਕ ਹੈ ਰਾਜੇ ਨੇ ਇੱਕ ਮਨੁੱਖ ਦੇ ਹੱਥ ਪਰਸਤਾਵ ਭੇਜ ਉਹ ਚ ਸ਼ਰਤਾਂ ਲਿਖ ਕੇ ਤੇ ਭੇਜ ਦਿੱਤੀਆਂ ਰਾਜੇ ਨੇ ਕਿਹਾ ਵੀ ਐਨੀ ਬਰਾਤ ਆਉਣੀ ਚਾਹੀਦੀ ਹੈ ਵੀ ਜਿੰਨੀ ਬਰਾਤ ਆਵੇ ਉਹ ਮੈਂ ਐਨੇ ਜਿਆਦੇ ਵੀ ਰਹਿਣ ਦਾ ਇੰਤਜ਼ਾਮ ਕਰਾਂਗਾ ਉਹਨੇ ਬਰਾਤ ਤੇਰੇ ਕੋਲ ਆਉਣੀ ਹੀ ਆਉਣੀ ਚਾਹੀਦੀ। ਉਹਨੇ ਕਿਹਾ ਠੀਕ ਹੈ। ਦੂਜੀ ਗੱਲ ਕੀ ਵੀ ਜਿੰਨਾ ਪ੍ਰਸ਼ਾਦਾ ਪਾਣੀ ਬਣੇ ਉਹ ਸਾਰਾ ਖਤਮ ਹੋਣਾ ਚਾਹੀਦਾ। ਉਹਨੇ ਕਿਹਾ ਠੀਕ ਹੈ। ਹੁਣ ਨਾ ਇੰਨਾ ਕਹਿ ਕੇ ਤੇ ਉਹਨੇ ਜਿਹੜਾ ਆਇਆ ਸੀ ਉਹ ਚਿੱਠੀ ਉਹ ਦੇ ਕੇ ਤੇ ਜਾਣ ਲੱਗਾ। ਕਹਿੰਦੇ ਹੁਣ ਜਿਹੜਾ ਉਹ ਮਨੁੱਖ ਸੀ ਭਾਵਸੀ ਢ ਦਾ ਛੋਟਾ ਪੁੱਤ ਸੀ। ਉਹਨੇ ਨਾ ਹੁਣ ਬੜੀ ਸਾਰੀ ਸਵਾਹ ਚੋੱਕ ਕੇ ਤੇ ਉਹਦੇ ਝੋਲੇ ਚ ਪਾ ਦਿੱ। ਹੁਣ ਜਿਹੜਾ ਮੰਤਰੀ ਆਇਆ ਸੀ ਉਹ ਸੋਚਣ ਲੱਗਾ ਵੀ ਸਵਾਹ ਦਿੱਤੀਏ ਚਲ ਬਾਹਰ ਜਾ ਕੇ ਛੱਡ ਦਾਂ। ਕਿੰਦੇ ਜਿਵੇਂ ਉਹਨੇ ਚੋਲੀ ਖੋਲੀ ਉਸ ਜਿਹੜੀ ਸਵਾ ਸੀ ਉਹ ਹੀਰੇ ਮੋਤੀ ਚਾਂਦੀਆਂ ਚ ਬਦਲ ਗਈ ਕਿਉਂਕਿ ਉਹ ਤਾਂ ਸਾਰਾ ਮਣੀ ਦਾ ਉਹ ਮੋਤੀ ਦਾ ਜਿਹੜਾ ਸੀ ਅਸਰ ਸੀ ਉਹ ਰਾਜੇ ਦੇ ਕੋਲ ਗਿਆ ਰਾਜੇ ਨੂੰ ਜਾ ਕੇ ਵਿਖਾਇਆ ਵੀ ਉਹਨਾਂ ਉਸ ਬਦਲੇ ਮੈਨੂੰ ਐਨੇ ਹੀਰੇ ਜਵਾਹਰਾ ਦਿੱਤੇ ਨੇ ਰਾਜਾ ਕਿੰਨਾ ਵੀ ਸੱਚੀ ਅਮੀਰ ਨੇ ਤਾਂ ਹੀ ਮੇਰੀ ਧੀ ਲਈ ਇੰਨਾ ਵਧੀਆ ਰਿਸ਼ਤਾ ਭੇਜਿਆ ਹੁਣ ਰਾਜੇ ਨੇ ਸ਼ਰਤਾਂ ਰੱਖੀਆਂ ਸਨ ਕਹਿੰਦੇ ਹੁਣ ਅਗਲੇ ਦਿਨ ਦੇਖਣ ਲੱਗੇ ਉਹਨੇ ਮਣੀ ਦੇ ਉਵੇਂ ਹੀ ਰੱਖ ਕੇ ਉਹਦੇ ਅੱਗੇ ਅਰਦਾਸ ਕੀਤੀ ਬੇ ਪਰਮਾਤਮਾ ਵੀ ਐਨੀ ਬਾਰਾਤ ਹੋਵੇ ਕਿ ਜਿੰਨੇ ਉਹਦੇ ਰੁਕਣ ਲਈ ਥਾਂ ਬਣਾਈ ਨੇ ਨਾ ਉਹ ਤੋਂ ਕਿਤੇ ਵੱਧ ਹੋਵੇ ਕਹਿੰਦੇ ਉਵੇਂ ਹੀ ਹੋਇਆ ਕਹਿੰਦੇ ਹਾਥੀ ਘੋੜੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਵੀ ਉੱਥੇ ਸੋਨਾ ਚਾਂਦੀ ਦੀ ਉਤੋਂ ਵਰਖਾ ਹੋਵੇ ਅੱਜ ਤੱਕ ਕਿਸੇ ਨੇ ਵੀ ਐਵੇਂ ਦੀ ਬਾਰਾਤ ਨਹੀਂ ਵੇਖੀ ਸੀ ਵੀ ਐਨੇ ਜਿੱਚ ਲੋਕ ਹੋਣ ਕਹਿੰਦੇ ਹੁਣ ਉਹ ਤਾਂ ਸਾਰੇ ਨਾਗ ਨਾਗਣਾ ਕਹਿੰਦੇ ਉਸ ਮਨੁੱਖਾਂ ਦਾ ਰੂਪ ਧਾਰ ਕੇ ਤੇ ਬਾਰਾਤ ਚ ਆਏ ਹੋਏ ਸਨ ਕਿਨੇ ਦਿਨਾਂ ਹੀ ਕੋਨਾ ਉਹ ਇੰਨੇ ਸੋਹਣੇ ਕਦੀ ਬਾਰਾਤੀ ਵੇਖੇ ਸਨ ਕਿਨੇ ਹੁਣ ਖਾਣ ਦੀ ਜਦੋਂ ਵਾਰੀ ਆਈ ਤੇ ਕਹਿੰਦੇ ਉਹਨਾਂ ਸਾਰਿਆਂ ਨੇ ਐਨਾ ਖਾਧਾ ਵੀ ਜੋਨੇ ਬਣਾਇਆ ਸੀ ਉਹ ਥੋੜਾ ਪੈ ਗਿਆ ਜਿਹੜੇ ਰੁਕਣ ਦੀਆਂ ਥਾਵਾਂ ਸਨ ਕਹਿੰਦੇ ਐਨੇ ਜਣੇ ਬਾਹਰ ਹਜੇ ਵੀ ਖੜੇ ਸਨ ਹੁਣ ਰਾਜਾ ਜਾਣਦਾ ਸੀ ਵੀ ਇਹ ਸ਼ਰਤਾਂ ਕੋਈ ਨਹੀਂ ਪੂਰੀਆਂ ਕਰ ਸਕਦਾ ਰਾਜਾ ਕੋਲ ਆ ਕੇ ਹੱਥ ਜੋੜ ਕੇ ਕਹਿਣ ਲੱਗਾ ਵੀ ਮੈਂ ਜਾਣਦਾ ਵੀ ਇਹ ਸ਼ਰਤਾਂ ਕੋਈ ਨਹੀਂ ਸੀ ਪੂਰੀਆਂ ਕਰ ਸਕਦਾ ਪਰ ਮੇਰੀ ਤੁਹਾਡੇ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਸਾਰਾ ਕੁਝ ਕਿਨੇ ਵਾਪਰਿਆ ਉਨੇ ਕਿਆ ਵੀ ਆਪਾਂ ਜਦੋਂ ਇੱਕ ਰਿਸ਼ਤੇ 'ਚ ਬੰਨਣ ਵਾਲੇ ਹੋਈਏ ਨਾ ਤੇ ਇੱਕ ਦੂਜੇ ਨੂੰ ਝੂਠ ਨਹੀਂ ਬੋਲੀਦਾ ਉਹਨੂੰ ਸਾਰੀ ਗੱਲ ਦੱਸਦਾ ਵੀ ਮੈਨੂੰ ਸਾਰੇ ਬੇਅਕਲ ਕਹਿੰਦੇ ਸੀ ਮੰਦਬੁੱਧੀ ਕਹਿੰਦੇ ਸੀ ਮੈਂ ਹਮੇਸ਼ਾ ਦੂਜਿਆਂ ਦਾ ਭਲਾ ਲੋਚਦਾ ਸੀ ਕਹਿੰਦੇ ਮੈਂ ਇੱਕ 나ਗ ਦਾ ਭਲਾ ਕੀਤਾ ਤੇ ਉਹਨੇ ਇੱਕ ਮੋਤੀ ਦਿੱਤਾ ਜਿਸ ਤੋਂ ਜੋ ਮੰਗਾ ਉਹੀ ਮਨ ਦੀ ਮੁਰਾਦ ਪੂਰੀ ਕਰ ਦਿੰਦਾ ਇਹ ਮੇਰੀ ਨੇਕੀਦਾਈ ਫਾਲ ਮੈਨੂੰ ਮਿਲਿਆ ਜੋ ਮੈਂ ਦੂਜਿਆਂ ਦਾ ਭਲਾ ਕਰਦਾ ਸੀ ਉਹ ਕਈ ਗਿਣਾ ਹੋ ਕੇ ਅੱਜ ਮੇਰੇ ਕੋਲ ਆਇਆ ਰਾਜੇ ਨੇ ਜਦੋਂ ਇਹ ਗੱਲ ਸੁਣੀ ਖੁਸ਼ੀ-ਖੁਸ਼ੀ ਆਪਣੀ ਧੀ ਉਹਦੇ ਨਾਲ ਤੋੜ ਦਿੱਤੀ ਤੇ ਰਾਜਾ ਵੀ ਹੁਣ ਸਮਝ ਗਿਆ ਸੀ ਵੀ ਨੇਕੀ ਦਾ ਫਲ ਹਮੇਸ਼ਾ ਮਿਲਦਾ ਹੀ ਮਿਲਦਾ ਹੈ ਜਦੋਂ ਦੂਜਿਆਂ ਦਾ ਭਲਾ ਕਰੀਏ ਤੇ ਆਪਣੀ ਝੋਲੀ ਜ਼ਰੂਰ ਭਰਦੀ ਹੈ ਕਹਿੰਦੇ ਇਸ ਤਰ੍ਹਾਂ ਰਾਜੇ ਦੀ ਧੀ ਉਹਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਤੇ ਜਿਹਨੂੰ ਮੰਦਬੁੱਧੀ ਕਹਿੰਦੇ ਸਨ ਉਹਨੂੰ ਨੇਕੀ ਦਾ ਫਲ ਐਸਾ ਮਿਲਿਆ ਕਿ ਉਹਦੇ ਘਰ ਕਿਸੇ ਚੀਜ਼ ਦੀ ਕਮੀ ਨਾ ਰਹੀ ਇਸ ਤਰ੍ਹਾਂ ਹੁਣ ਘਰ ਖੁਸ਼ੀਆਂ ਸਕੂਨ ਤੇ ਹਰ ਪਾਸੇ ਸੁਖ-ਸਮਰiddhi ਸੀ ਫਿਰ ਇਸ ਲਈ ਸੰਗਤ ਜੀ ਕਿਹਾ ਜਾਂਦਾ ਹੈ ਵੀ ਹਮੇਸ਼ਾ ਇੱਕ ਦੂਜੇ ਦੀ ਮਦਦ ਕਰੋ ਹਮੇਸ਼ਾ ਚੜ੍ਹਦੀ ਕਲਾ ਬਾਰੇ ਸੋਚੋ ਜਦੋਂ ਆਪਾਂ ਕਿਸੇ ਦੂਜੇ ਦੀ ਮਦਦ ਕਰਦੇ ਨਾ ਤਾਂ ਪਰਮਾਤਮਾ ਖੁਸ਼ ਹੋ ਕੇ ਹਮੇਸ਼ਾ ਆਪਣੀਆਂ ਚੋਲੀਆਂ ਪਾ ਦਿੰਦੇ ਨੇ ਕਿਉਂਕਿ ਪਰਮਾਤਮਾ ਨੂੰ ਇਹ ਹੁੰਦਾ ਹੈ ਵੀ ਜੋ ਦੂਜਿਆਂ ਦੀ ਮਦਦ ਕਰਦਾ ਹੈ ਉਹਦੀ ਮਦਦ ਮੈਂ ਆਪ ਕਰਾਂ ਫਿਰ ਉਹਦੇ ਘਰ ਅੰਤਿਤਾਂ ਦੇ ਢੇਰ ਆਪ ਲੱਗ ਜਾਂਦੇ ਨੇ ਫਿਰ ਸੰਗਤ ਜੀ ਇਹ ਵੀਡੀਓ ਵਧੀਆ ਲੱਗੀ ਹੋਵੇ ਜੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੇ